ਸਾਹਿਬ ਸਿੰਘ ਪੈੜੀ ਮੈਂ ਵਾਹੁਣ ਗਿਆ ਤੇ ਉੱਥੇ ਨੂੰਹ ਵੀ ਪੋਤਰੀ ਵੀ ਪੁੱਤਰ ਵੀ ਸਾਰੇ ਗਲ ਪੈ ਗਏ ਨੇ ਮੇਰੇ ਹੈਂ ਆਉਂਦੇ ਨੇ ਪੈੜੀ ਨਹੀਂ ਵਾਹੁਣ ਦੇਣੀ ਪੈੜੀ ਮੇਰੇ ਨਾਂ ਹੈ ਮੈਂ ਬੇਦਖਲ ਕੀਤਾ ਇਹਨਾਂ ਨੂੰ ਅਤੇ ਮੈਂ ਕਿਰਾਏ 'ਤੇ ਟਰੈਕਟਰ ਖੜ ਕੇ ਪੈੜੀ ਵਾਹੁਣ ਗਿਆ ਉੱਥੇ ਮੈਨੂੰ ਘੂਰਾ ਮੁੱਕੀ ਲੀੜੇ ਲਬੇੜੇ ਸੁੱਟਿਆ ਮੈਂ ਤਾਂ ਕਿਹਾ ਮਾਰ ਦਿਓ ਗੁੱਝੀਆਂ ਮਾਰਦੇ ਰਹੇ ਨੇ ਆਹ ਹੱਥ ਮਰੋੜਿਆ ਮੇਰਾ ਇੱਥੇ ਮਾਰੀਆਂ ਮੁੱਕੀਆਂ ਅਤੇ ਇੱਥੇ ਕਲੇਜੇ 'ਚ ਵੀ ਮਾਰੀਆਂ ਅਤੇ ਮੈਂ ਕਿਹਾ ਮਾਰ ਦਿਓ ਯੱਬ ਮੁਕਾਓ ਮੈਂ ਟਰੈਕਟਰ ਨੰਘਾ ਹੈ ਦਿੱਤੀ ਸੀ ਉਦੋਂ ਇਹਨੇ ਪੈਲੀ ਵਾਹੀ ਅਤੇ ਹਾਂ ਉੱਥੇ ਜਾ ਕੇ ਉਦੋਂ ਦੀ ਪੈਲੀ ਨਹੀਂ ਵਾਹੀ ਡੱਕੀ ਹੈ ਆ ਗਈ ਉੱਥੇ ਹੀ ਜਿਹੜਾ ਇਨਸਾਫ ਹੈ ਉਹ ਕਰ ਕਿਲੇ ਲਵਾਈ ਹੈ ਸਾਡੀ ਦੋ ਭਰਾਵਾਂ ਦੀ 47 ਵੀਘੇ ਪੈਲੀ ਸੀ ਅਤੇ ਅੱਧੋ ਅੱਧ ਆਈ ਦੂਜੀ ਸਾਰੀ ਮੁੱਲ ਲੈ ਕੇ ਉਹਨਾਂ ਨੂੰ ਦਿੱਤੀ ਹੈ ਅਤੇ ਹੁਣ ਜਿਹੜੀ ਇਹ 4-5 ਕਿੱਲੇ ਆਉਂਦਾ ਹੈ ਇਹ ਵੀ ਮੈਨੂੰ ਦੇ ਦੇ ਮੇਨ ਮੇਰੇ ਨਾਲ 32 ਵੀਘੇ ਵੇ ਘਰ ਸਮੈਤ ਜਿਹੜੀ ਘਰ ਕੋਠੀ ਪਾਈ ਉਹ ਵੀ ਮੈਂ ਤਾਂ ਮੁੱਲ ਲਿਆ ਉਹ ਆਉਂਦਾ ਤੂੰ ਕੀ ਲੱਗਣਾ ਕਮਾਈ ਤਾਂ ਮੈਂ ਕੀਤੀ ਹੈ ਮੈਂ ਹਾਂ ਦੂਜਿਆਂ ਕੀਤੀ ਨਹੀਂ ਮੇਰਾ ਨਾਮ ਜੀ ਰੁਪਿੰਦਰ ਸਿੰਘ ਹੈ ਜੀ ਘਟਨਾ ਇਹ ਜੀ ਇਹ 11 ਮਈ ਦੀ ਗੱਲ ਆ ਜੀ ਮੇਰੇ ਦਾਦਾ ਜੀ ਆਪਣੀ ਜ਼ਮੀਨ ਵਾਰੇ ਸੀਗੇ ਜੀ ਤਾਂ ਉਹਨਾਂ ਦਾ ਜਿਹੜਾ ਬੇਟਾ ਸੀਗਾ ਜੀ ਦਵਿੰਦਰ ਸਿੰਘ ਇਹ 11 ਮਈ ਨੂੰ ਸਾਡੇ ਬਜ਼ੁਰਗਾਂ 'ਤੇ ਅਟੈਕ ਕੀਤਾ ਜੀ ਇਹਨਾਂ ਨੇ ਕਿਉਂਕਿ ਬਜ਼ੁਰਗ ਆਪਣੀ ਜ਼ਮੀਨ ਵਾਰੇ ਸੀਗੇ ਇਹਨਾਂ ਨੇ ਅਟੈਕ ਕੀਤਾ ਬਜ਼ੁਰਗਾਂ 'ਤੇ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਮੈਂ ਮੌਕੇ 'ਤੇ ਫੋਨ ਕੀਤਾ ਜੀ 112 ਨੰਬਰ ਕੰਟਰੋਲ ਰੂਮ 'ਤੇ ਜੀ ਅਤੇ ਉਹਨਾਂ ਨੇ PCR ਭੇਜਤੀ PCR ਨੇ ਮੌਕੇ 'ਤੇ ਆ ਕੇ ਸਾਰੀ ਕਾਰਵਾਈ ਦੇਖੀ ਜੀ ਉਸ ਤੋਂ ਬਾਅਦ ਦੇ ਵਿੱਚ ਇਹ ਸਾਰੇ ਭੱਜ ਗਏ ਜੀ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਸਾਡੀ ਤਾਂ ਅਸੀਂ ਬਜ਼ੁਰਗਾਂ ਨੇ ਕਿਹਾ ਮੈਂ ਬੇਦਖਲ ਕਰਨਾ ਹੈ ਆਪਣੇ ਬੇਟੇ ਨੂੰ ਤਾਂ ਆਪਣੀ ਵੱਡੀ ਬੇਟੀ ਨੂੰ ਜੀ ਉਹ ਨਿਊਜ਼ ਪੇਪਰ ਦੇ ਵਿੱਚ 11 ਮਈ ਦੀ ਆਹ ਰਿਪੋਰਟ ਲੱਗੀ ਹੋਈ ਹੈ ਜੀ ਤਾਂ ਉਸ ਦਿਨ ਅਸੀਂ SSP ਸਾਹਿਬ ਦੇ ਤਾਂ DGP ਸਾਹਿਬ ਦੇ ਜੀ DGP ਪੰਜਾਬ ਸਾਹਿਬ ਦੇ ਜੀ ਤਾਂ ਉਸ ਤੋਂ ਬਾਅਦ DIG ਸਾਹਿਬ ਦੇ ਜੀ ਐਪਲੀਕੇਸ਼ਨ ਦਿੱਤੀ ਤਾਂ ਉਹਦੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਉਹ ਐਪਲੀਕੇਸ਼ਨ ਨੰਬਰ ਮੇਰੇ ਕੋਲ ਹੈ ਜੀ ਆਹ ਨੰਬਰ ਹੈ ਜੀ ਸਾਰੇ ਉਸ ਤੋਂ ਬਾਅਦ 'ਚ ਕੋਈ ਸੁਣਵਾਈ ਨਹੀਂ ਹੋਈ ਅੱਜ ਬਜ਼ੁਰਗ ਨਾ ਮੈਂ ਗਿਆ ਸੀ ਜੀ ਪਟਿਆਲੇ ਜਿੰਮ ਦੇ ਵਿੱਚ ਤਾਂ ਬਜ਼ੁਰਗ ਮੈਨੂੰ ਫੋਨ ਆਇਆ ਪਿੰਡੋਂ ਵੀ ਬਜ਼ੁਰਗ ਦੇ ਅੱਜ ਫਿਰ ਗਲ ਪੈ ਗਏ ਆ ਉਹਦੇ ਵਿੱਚ ਦਵਿੰਦਰ ਸਿੰਘ ਸੀ ਜੀ ਉਹਨਾਂ ਦੀ ਵਾਈਫ ਸੀਗੀ ਉਹਨਾਂ ਦੀ ਬੇਟੀ ਤਾਂ ਉਹਨਾਂ ਦੀ ਵਾਈਫ ਜਿਹੜੀ ਆ ਉਹਨੇ ਬੇਟੀ ਹੋ ਗਈ ਉਹਨਾਂ ਦਾ ਬੇਟਾ ਤਾਂ ਉਹ 4 ਜਣੇ ਉਹਨਾਂ ਦੇ ਪਏ ਆ ਜੀ ਦੁਬਾਰਾ ਬਜ਼ੁਰਗ ਦੇ ਉੱਤੇ ਅਟੈਕ ਕੀਤਾ ਜੀ ਉਹਨਾਂ ਨੇ ਕੁੱਟਿਆ ਮਾਰਿਆ ਜੀ ਗਲ ਵੀ ਦੱਬਿਆ ਬਜ਼ੁਰਗ ਦਾ ਤਾਂ ਉਸ ਤੋਂ ਬਾਅਦ 'ਚ ਮੈਂ ਪਟਿਆਲੇ ਤੋਂ ਆ ਕੇ ਪਹਿਲਾਂ ਮੈਂ ਪਟਿਆਲੇ ਤੋਂ ਜਦੋਂ ਤੁਰਨ ਲੱਗਾ ਜੀ ਮੈਂ 112 ਨੰਬਰ 'ਤੇ ਕੰਟਰੋਲ ਰੂਮ 'ਤੇ ਫੋਨ ਕੀਤਾ ਜੀ ਤਾਂ ਕੋਈ ਹਜੇ ਤੱਕ ਨਾ ਕੋਈ ਪੁਲਿਸ ਨਹੀਂ ਪਹੁੰਚੀ ਜੀ ਇੱਥੇ ਹੁਣ 10:05 'ਤੇ ਜੀ ਹੁਣ ਟਾਈਮ ਜੀ ਇਸ ਟਾਈਮ ਹੋ ਗਿਆ ਜੀ 12:30 ਦਾ ਜੀ ਕੋਈ ਨਹੀਂ ਜੀ ਆਇਆ ਹਜੇ ਤੱਕ ਤਾਂ ਬਜ਼ੁਰਗਾਂ ਨੂੰ ਫਿਰ ਮੈਂ ਆਣ ਕੇ ਐਡਮਿਟ ਕਰਵਾਇਆ ਜੀ ਇੱਥੇ ਹਾਂਜੀ ਉਹਨਾਂ ਦੇ ਕਾਫੀ ਸੱਟਾਂ ਆ ਜੀ ਉਹਨਾਂ ਦੇ ਕੱਟ ਵੀ ਲੱਗਾ ਹੋਇਆ ਲੈਗ 'ਤੇ ਤਾਂ ਉਹਨਾਂ ਦੇ ਗਲ ਵੀ ਅਤੇ ਬਾਂਹ ਵੀ ਮਰੋੜੀ ਹੋਈ ਹੈ ਜੀ ਉਹ ਸਵੈਲਿੰਗ ਆਈ ਹੋਈ ਹੈ ਉਹਨਾਂ ਦੇ ਆਲਰੇਡੀ ਹਾਂਜੀ ਹਾਂਜੀ ਸਾਡੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਣ ਦੀ ਪੁਲਿਸ ਵੱਲੋਂ ਮੇਰੇ ਕੋਲ ਐਪਲੀਕੇਸ਼ਨ ਨੰਬਰ ਹੈਗੇ ਜੀ ਆਹ ਦੇਖੋ ਜੀ ਸਾਰਾ ਕੁਝ ਮੇਰੇ ਕੋਲ ਹੈਗਾ ਜੀ ਕੋਈ ਸੁਣਵਾਈ ਨਹੀਂ ਹੋਈ ਸਾਡੀ 2.5 ਮਹੀਨੇ ਹੋ ਗਏ ਜੀ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਜੀ ਬਿਰਸਾ ਸਿੰਘ ਤਰਚੈਨ ਸਿੰਘ ਉਮਰ 80 ਸਾਲ ਹੈ ਉਹਨਾਂ ਦੀ ਬਜ਼ੁਰਗ ਨੇ ਉਹਨਾਂ ਦੇ 2 ਬੇਟੇ ਆ ਲਖਵਿੰਦਰ ਸਿੰਘ ਅਤੇ ਦਵਿੰਦਰ ਸਿੰਘ ਉਹਨਾਂ ਦਾ ਕੋਈ ਆਪਸ ਦੇ ਵਿੱਚ ਜ਼ਮੀਨ ਦੀ ਵੰਡ ਦਾ ਰੌਲਾ ਹੈ ਜਿਸ ਕਰਕੇ ਇਹਨਾਂ ਦਾ ਕੋਈ ਮਾੜਾ ਮੋਟਾ ਉੱਥੇ ਲੜਾਈ ਝਗੜਾ ਹੋਇਆ ਜਿਹਦੇ ਕਰਕੇ ਬਾਪੂ ਬਿਰਸਾ ਸਿੰਘ ਜਿਹੜਾ ਉਹ ਵੀ ਐਡਮਿਟ ਹੋਏ ਸਨ ਉਹਨਾਂ ਦੀ MLR ਮਸੂਮ ਹੋਣ 'ਤੇ ਉਸ ਤੋਂ ਬਾਅਦ ਉਹ ਰਜਿੰਦਰਾ ਚਲੇ ਗਏ ਰੈਫਰ ਕਰਤਾ ਅਤੇ ਦੂਸਰੀ ਪਾਰਟੀ ਜਿਹੜੀ ਆ ਉਹਨਾਂ ਦਾ ਬੇਟਾ ਛੋਟਾ ਦਵਿੰਦਰ ਸਿੰਘ ਅਤੇ ਉਹਨਾਂ ਦੀ ਵਾਈਫ ਦੇ ਵੀ ਸੱਟਾਂ ਲੱਗੀਆਂ ਅਤੇ ਉਹ ਵੀ ਰਜਿੰਦਰਾ ਹਸਪਤਾਲ ਐਡਮਿਟ ਸਨ ਜਿਨ੍ਹਾਂ ਦੋਨਾਂ ਧਿਰਾਂ ਦੇ ਬਿਆਨ ਲਿਖ ਕੇ ਮੁਕੱਦਮਾ ਦਰਜ ਕਰਤਾ ਤਫਤੀਸ਼ ਜਾਰੀ ਹੈ ਕਰੋਸ ਕੇਸ ਦੇ ਤਹਿਤ ਦੋਨਾਂ ਦਾ ਮੁਕੱਦਮਾ ਦਰਜ ਹੈ ਤਫਤੀਸ਼ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ